ਪਿਛਲੇ ਦਿਨੀ NSSO ਯਾਨੀ ਨੈਸ਼ਨਲ ਸੈਂਪਲ ਸਰਵੇ ਆਫਿਸ ਦੇ ਵੱਲੋਂ ਬੇਰੋਜ਼ਗਾਰੀ ਤੇ ਜਿਹੜੇ ਡਰਾਉਣੇ ਅੰਕੜੇ ਪੇਸ਼ ਕੀਤੇ ਗਏ ਸਨ ਉਹਨਾਂ ਨੂੰ ਕੇਂਦਰ ਸਰਕਾਰ ਨੇ ਇਹ ਕਹਿ ਕੇ ਨਕਾਰ ਦਿੱਤਾ ਸੀ ਕਿ ਇਹ ਤਾਂ ਸਰਕਾਰ ਨੂੰ ਬਦਨਾਮ ਕਰਨ ਲਈ ਕਿਸੇ ਸਿਆਸੀ ਦਬਾਅ ਹੇਠ ਬਣਾਏ ਗਏ ਲੱਗਦੇ ਨੇ। ਸਰਕਾਰ ਨੇ GDP ਦੇ ਅੰਕੜੇ ਠੀਕ ਕਰਨ ਨੂੰ ਕਹਿ ਕੇ NSSO ਦੇ ਬੇਰੋਜ਼ਗਾਰੀ ਦੇ ਅੰਕੜਿਆਂ ਨੂੰ ਜਾਰੀ ਕਰਨ ਤੇ ਰੋਕ ਲਾ ਦਿੱਤੀ ਸੀ। ਹੁਣ ਸਰਕਾਰ ਦੇ ਇਸ ਕਦਮ ਦੇ ਤਕਰੀਬਨ 1 ਮਹੀਨੇ ਬਾਅਦ ਦੁਨੀਆ ਭਰ ਦੇ 108 ਅਰਥਸ਼ਾਸਤਰੀਆਂ ਤੇ ਸਮਾਜ ਵਿਗਿਆਨੀਆਂ ਨੇ ਸਾਂਖੀਕੀ ਅਦਾਰਿਆਂ ਦੀ ਆਜ਼ਾਦੀ ਦੀ ਮੰਗ ਕੀਤੀ ਹੈ। ਉਹਨਾਂ ਹੈਰਾਨੀ ਜਤਾਈ ਕਿ ਹੁਣ ਤੱਕ ਤਾਂ ਭਾਰਤ ਦੇ ਸਾਂਖੀਕੀ ਅਦਾਰੇ ਬੜੇ ਅਦਬ ਨਾਲ ਦੇਖੇ ਜਾਂਦੇ ਸਨ ਕਿਉਂਕਿ ਇਹ ਸਮਾਜਿਕ ਤੇ ਆਰਥਿਕ ਪੈਮਾਨਿਆਂ ਨੂੰ ਬੜੇ ਸਹਿਜ ਢੰਗ ਨਾਲ ਪੇਸ਼ ਕਰਦੇ ਸਨ, ਪਰ ਹੁਣ ਇਹਨਾਂ ਤੇ ਸਿਆਸੀ ਦਬਾਅ ਦੇ ਇਲਜ਼ਾਮ ਕਿਉਂ ਲਾਏ ਜਾ ਰਹੇ ਨੇ? ਇਹਨਾਂ ਅੰਕੜਿਆਂ ਨੂੰ ਪੇਸ਼ ਕਰਨ ਵਾਲਿਆਂ 'ਚ ਵੱਡੀਆਂ ਨਾਮੀ ਸ਼ਖਸੀਅਤਾਂ ਮੌਜੂਦ ਨੇ, ਜਿਨ੍ਹਾਂ ਵਿੱਚ IIM ਅਹਿਮਦਾਬਾਦ ਦੇ ਰਾਕੇਸ਼ ਬਸੰਤ, ਅਮੈਰੀਕਾ ਦੀ ਯੂਨੀਵਰਸਿਟੀ ਆਫ ਮੈਸਾਚੂਸੇਟਸ ਤੋਂ ਜੇਮਸ ਬੋਇਸ ਅਤੇ ਹਾਰਵਰਡ ਯੂਨੀਵਰਸਿਟੀ ਤੋਂ ਐਮਿਲੀ ਬ੍ਰੇਜ਼ਾ, ਦਿੱਲੀ ਯੂਨੀਵਰਸਿਟੀ ਤੋਂ ਸਤੀਸ਼ ਦੇਸ਼ਪਾਂਡੇ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਪੈਟ੍ਰਿਕ ਫ੍ਰਾਂਸਿਸ, TISS ਮੁੰਬਈ ਤੋਂ ਆਰ ਰਾਮ ਕੁਮਾਰ, IIM ਬੈਂਗਲੁਰੂ ਤੋਂ ਹੇਮਾ ਸਵਾਮੀਨਾਥਨ ਅਤੇ JNU ਤੋਂ ਰੋਹਿਤ ਆਜ਼ਾਦ ਦੇ ਨਾਂ ਸ਼ਾਮਲ ਨੇ। ਆਜ਼ਾਦੀ ਦੀ ਕੀਤੀ ਗਈ ਇਸ ਮੰਗ ਵਿੱਚ ਸਾਰੇ ਪ੍ਰੋਫੈਸ਼ਨਲ ਅਰਥਸ਼ਾਸਤਰੀਆਂ, ਸਾਂਖਿਕੀ ਵਿਦਾਂ ਅਤੇ ਆਜ਼ਾਦ ਸ਼ੋਧਕਰਤਾਵਾਂ ਨੂੰ ਮੰਗ ਕੀਤੀ ਗਈ ਹੈ ਕਿ ਉਹ ਇਕੱਠੇ ਹੋਣ ਅਤੇ ਸਰਕਾਰ ਦੇ ਖਿਲਾਫ਼ ਜਾਂਦੇ ਕਿਸੇ ਵੀ ਅੰਕੜੇ ਨੂੰ ਦਬਾਉਣ ਦੀ ਕੋਸ਼ਿਸ਼ ਦੇ ਚੱਲਣ ਦਾ ਵਿਰੋਧ ਕਰਨ ਤਾਂ ਕਿ ਸਰਕਾਰਾਂ ਨਿਰਪੱਖ ਸੰਸਥਾਵਾਂ ਦੀ ਆਜ਼ਾਦੀ ਨੂੰ ਖੋ ਨਾ ਸਕਣ। ਨਹੀਂ ਤਾਂ ਅਜਿਹੇ ਅਦਾਰੇ ਵੀ ਸਿਆਸੀ ਦਬਾਅ ਜਾਂ ਸਿਆਸੀ ਕੰਟਰੋਲ ਹੇਠ ਆਉਣ ਤੋਂ ਬਚ ਨਹੀਂ ਸਕਣਗੇ। ਸਰਕਾਰ ਨੇ NSSO ਵੱਲੋਂ ਜਾਰੀ ਪੀਰੀਓਡਿਕ ਲੇਬਰ ਫੋਰਸ ਸਰਵੇ ਯਾਨੀ PLFS ਨੂੰ ਰੋਕਣ ਅਤੇ 2017-18 ਦੇ PLFS ਨੂੰ ਖਤਮ ਕਰਨ ਦਾ ਵੀ ਫੈਸਲਾ ਲਿਆ, ਜਿਸ ਦਾ ਵਿਰੋਧ ਵੀ ਇਹਨਾਂ ਵਿਦਵਾਨਾਂ ਨੇ ਕੀਤਾ। ਸਰਕਾਰ ਦੇ ਇਹਨਾਂ ਕਦਮਾਂ ਤੋਂ ਦੁਖੀ ਹੋ ਕੇ ਨੈਸ਼ਨਲ ਸਟੈਟਿਸਟੀਕਲ ਕਮਿਸ਼ਨ ਯਾਨੀ NSE ਦੇ ਚੇਅਰਮੈਨ ਸਮੇਤ 2 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਹਨਾਂ ਵੱਲੋਂ NSSO ਦੀ ਰਿਪੋਰਟ ਰਸਮੀ ਤੌਰ ਤੇ ਪਾਸ ਕੀਤੇ ਜਾਣ ਦੇ ਬਾਵਜੂਦ ਸਰਕਾਰ ਇਸ ਨੂੰ ਰੋਕ ਰਹੀ ਸੀ। ਪੂਰੀ ਦੁਨੀਆ ਦੇ 108 ਵਿਦਵਾਨਾਂ ਨੇ ਸਾਫ਼ ਕਿਹਾ ਕਿ ਜੋ ਵੀ ਅੰਕੜਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਬਖਾਨ ਦੇ ਖਿਲਾਫ਼ ਜਾ ਰਿਹਾ ਹੋਵੇਗਾ ਉਸ ਤੇ ਸ਼ੰਕੇ ਖੜੇ ਕਰਨਾ ਮੌਜੂਦਾ ਸਰਕਾਰ ਦੀ ਆਦਤ ਬਣ ਗਈ ਹੈ ਜੋ ਸਹੀ ਨਹੀਂ ਹੈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।